ਸਿੰਪਲ ਉਹ ਤੇ ਬਾਬਾ ਫਰੀਦ ਵਾਲੇ ਦੇਖਦੇ ਆ, ਅਸੀਂ ਤੇ ਫਿਰ ਐਮਰਜੈਂਸੀ ਵਾਲੇ ਤੇ ਸਾਰੀ ਮਤਲਬ ਜਿੱਦਾਂ ਹੁਣ ਨਾਈਟ ਤੇ ਵੀ ਡਾਕਟਰ ਆਉਂਦਾ, ਈਵਨਿੰਗ ਤੇ ਵੀ ਡਾਕਟਰ ਆਊਗਾ, ਮਤਲਬ ਅਲੱਗ-ਅਲੱਗ ਜਿੱਦਾਂ ਵੀ ਆ ਉਹ ਤੇ ਉਦਾਂ ਹੁੰਦਾ ਨਾ ਫਿਰ ਵੀ ਉਹ ਅਸੀਂ ਤੇ ਦੇਖਦੇ ਹੀ ਦੇਖਦੇ ਆ ਜਿੱਦਾਂ ਕੋਈ ਵੀ ਪੇਸ਼ੈਂਟ ਆ ਜਾਂਦਾ, ਠੀਕ ਹੈ, ਜਿਵੇਂ ਭਾਵੇਂ ਓਪੀਡੀ ਤੌਰ ਤੇ ਵੀ ਆਇਆ 2 ਵਜੇ ਤੋਂ ਬਾਅਦ, ਫਿਰ ਵੀ ਅਸੀਂ ਦੇਖ ਲੈਂਦੇ ਹਾਂ ਵੀ ਤੁਹਾਨੂੰ ਆਹ ਲੋੜ ਆ, ਮੈਡੀਸਨ ਦੀ ਲੋੜ ਆ, ਉਹ ਲੈ ਲੈਂਦੇ ਨੇ ਡਾਕਟਰ ਬਾਹਰੋਂ। ਬਾਬਾ ਫਰੀਦ ਕੋਲ, ਬਾਬਾ ਫਰੀਦ ਵੱਲੋਂ ਹੀ ਆਉਂਦੇ ਨੇ ਉਹ, ਉਹ ਆਉਂਦੇ ਨੇ 8 ਵਜੇ ਜੀ, ਠੀਕ ਆ, 8 ਵਜੇ ਆ ਕੇ 2 ਵਜੇ ਤੱਕ ਓਪੀਡੀ ਦੇਖਦੇ ਜੀ, ਠੀਕ ਆ। ਸਰਦੀਆਂ ਦੇ ਵਿੱਚ ਉਹਨਾਂ ਦਾ 9 ਤੋਂ 3 ਟਾਈਮ ਸੀ, ਠੀਕ ਹੈ, 9 ਤੋਂ 3 ਹੀ ਟਾਈਮ ਚੱਲਦਾ ਰਿਹਾ ਪਹਿਲਾਂ, ਹੁਣ ਪ੍ਰੋਪਰ ਆਪਾਂ ਨੂੰ ਪਤਾ ਨਹੀਂ ਪਰ ਆਉਂਦੇ ਜ਼ਰੂਰ ਨੇ ਉੱਧਰ। 2 ਵਜੇ ਤੋਂ ਬਾਅਦ ਤੁਹਾਨੂੰ ਮੈਂ ਦੱਸ ਰਿਹਾ ਨਾ, ਜਿਹੜਾ ਵੀ ਪੇਸ਼ੈਂਟ ਆ ਰਿਹਾ ਮੰਨ ਲਓ ਅਤੇ ਐਮਰਜੈਂਸੀ ਆ ਜਾਂਦਾ, ਜਿੱਦਾਂ ਕੰਡੀਸ਼ਨ ਤੁਹਾਨੂੰ ਦੱਸਿਆ ਵੀ ਜੇ ਤਾਂ ਸਾਡੇ ਮੈਨੇਜਮੈਂਟ ਦੇ ਪ੍ਰੋਪਰ ਤੌਰ 'ਤੇ ਸਾਨੂੰ ਮੈਨੇਜ ਕਰਨਾ ਆਇਆ, ਠੀਕ ਹੈ, ਜਿੱਦਾਂ ਹੁਣ ਪੇਸ਼ੈਂਟ ਦੀ ਕੋਈ ਅਬਡੋਮੀਨਲ ਪੇਨ ਹੋ ਰਹੀ ਆ, ਠੀਕ ਹੈ, ਆਪਾਂ ਉਹਨਾਂ ਨੂੰ ਟ੍ਰੀਟਮੈਂਟ ਦੇ ਦੇਈਦਾ, ਠੀਕ ਆ, ਉਹਨੂੰ ਟ੍ਰੀਟਮੈਂਟ ਦੇ ਕੇ ਜੇਕਰ ਉਹਨੂੰ ਮਤਲਬ ਪ੍ਰੋਪਰ ਵੀ ਹਾਂਜੀ ਉਹਦੀ ਸਾਂਭ ਸੰਭਾਲ ਹੋ ਜਾਂਦੀ ਆ, ਠੀਕ ਆ, ਜੇ ਉਹਨੂੰ ਨਹੀਂ ਪ੍ਰੋਬਲਮ ਫਿਰ ਉਹਦਾ ਐਡਵਾਈਸ ਲਿਖ ਦੇਈਦਾ, ਜੇ ਕਹਿ ਰਹੇ ਮੈਨੂੰ ਪ੍ਰੋਬਲਮ ਹੋ ਰਹੀ ਆ, ਹਜੇ ਵੀ ਹੋ ਰਹੀ ਆ ਮਤਲਬ, ਫਿਰ ਆਪਾਂ ਉਹਨੂੰ ਅਲਟਰਾਸਾਊਂਡ ਨਹੀਂ ਫਿਰ ਬਾਬਾ ਫਰੀਦਕੋਟ ਆਪਾਂ ਰੈਫਰ ਕਰ ਦੇਈਦਾ। ਪਰਮਾਨੈਂਟ ਸਪੈਸ਼ਲਿਸਟ ਡਾਕਟਰ ਪਰਮਾਨੈਂਟ ਤਾਂ ਨਹੀਂ ਹੈਗੇ ਬਾਬਾ, ਉਹ ਤੁਸੀਂ ਫਰੀਦਕੋਟ ਵਾਲੇ ਜਿਹੜੇ ਡਾਕਟਰ ਨੇ ਉਹਨਾਂ ਨਾਲ ਹੀ ਪਤਾ ਲੱਗ ਸਕਦਾ ਵੀ ਪਰਮਾਨੈਂਟ ਸਪੈਸ਼ਲਾਈਜ਼। ਮੇਰੇ ਹਿਸਾਬ ਨਾਲ ਤਾਂ ਡਾਕਟਰਾਂ ਦੀ ਤਾਂ ਲੋੜ ਹੁੰਦੀ ਆ ਵੈਸੇ ਤਾਂ, ਠੀਕ ਹੈ ਨਾ, ਜੇ ਹੁਣ ਅਸੀਂ ਵੀ ਨਹੀਂ ਕੰਮ ਕਰਾਂਗੇ ਤਾਂ ਫਿਰ ਤਾਂ ਡਾਕਟਰਾਂ ਦੀ ਲੋੜ ਹੋਊਗੀ, ਅਸੀਂ ਤਾਂ ਆਪਦਾ ਦੇਖ ਹੀ ਰਹੇ ਹਾਂ ਨਾ। ਠੀਕ, ਇਹ ਹਾਲਾਤ ਜੀ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਕਿੱਡੀ ਵੱਡੀ ਬਿਲਡਿੰਗ ਆ, ਸਰਕਾਰ ਦਾ ਕਰੋੜਾਂ ਰੁਪਈਆ ਖਰਚ ਹੋਇਆ ਜੀ, ਸਰਕਾਰ ਨੇ ਕਰੋੜਾਂ ਰੁਪਈਆ ਖਰਚ ਹੋਣ ਦੇ ਬਾਵਜੂਦ ਵੀ ਇੱਥੇ ਕੋਈ ਸੁਵਿਧਾ ਹੈ ਨਹੀਂ, 100 ਬੈੱਡ ਦਾ ਹੌਸਪੀਟਲ ਹੋਣ ਦੇ ਬਾਵਜੂਦ ਇੱਥੇ ਇੱਕ ਡਾਕਟਰ ਆ, ਪਰਮਾਨੈਂਟ ਡਾਕਟਰ ਇੱਕ ਆ, 3-4 ਡਾਕਟਰ ਬਾਹਰੋਂ ਡਿਊਟੀਆਂ ਲਾਈਆਂ, 10 ਵਜੇ ਡਾਕਟਰ ਆਉਂਦੇ, 1-1:30 ਵਜੇ ਘਰੇ ਚੱਲ ਵੜਦੇ ਆ, ਪਬਲਿਕ ਨੂੰ ਓਨੀ ਸਹੂਲਤ ਹੈ ਨਹੀਂ ਕਿ ਮੰਨ ਲਓ 1-1:30 ਵਜੇ ਤੋਂ ਬਾਅਦ ਕੋਈ ਮਰੀਜ਼ ਆਉਂਦਾ ਤਾਂ ਉਹਨੂੰ ਰੈਫਰ ਕਰਦੇ ਆ, ਰੈਫਰ ਉਹ 'ਚ ਮਰੀਜ਼ਾਂ ਨੂੰ ਬਹੁਤ ਦਿੱਕਤ ਹੈ, ਇਹ ਜੇ ਰੈਫਰ ਹੀ ਕਰਨਾ ਤਾਂ ਫਿਰ ਇੱਥੇ ਹਸਪਤਾਲ ਬਣਾਉਣ ਦਾ ਫਾਇਦਾ ਹੀ ਕੋਈ ਨਹੀਂ। ਹਾਂਜੀ, ਜਲਾਲਾਬਾਦ ਸਿਵਲ ਹਸਪੀਟਲ ਦੀ ਵਾਕਈ ਪ੍ਰੋਬਲਮ ਜਿਹੜੀ ਹੈਗੀ ਹੈ, ਇੱਥੇ ਜਿਹੜੇ ਸਪੈਸ਼ਲਿਸਟ ਡਾਕਟਰਸ ਦੀ ਕਮੀ ਹੈ ਅਤੇ ਜਿਸ ਦੇ ਲਿਹਾਜ਼ਾ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸੰਬੰਧੀ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਜਿਹੜਾ ਸਮੇਂ-ਸਮੇਂ ਤੋਂ ਲਿਆਂਦਾ ਜਾਂਦਾ ਹੈ ਕਿ ਇੱਥੇ ਸਪੈਸ਼ਲਿਸਟ ਡਾਕਟਰ ਨਹੀਂ ਹੈ, ਲੋਕਾਂ ਨੂੰ ਇੱਥੋਂ ਫਾਜ਼ਿਲਕਾ ਲਈ ਜਾਣਾ ਪੈਂਦਾ ਹੈ। ਅਤੇ ਇਸ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਕੋਲ ਇੱਥੋਂ ਦੀ ਸੁਪਰਵੀਜ਼ਨ ਦਾ ਕੰਮ ਸੀ, ਉਸ ਟਾਈਮ ਇਹ ਕਾਫੀ ਅੱਛੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ, ਸਪੈਸ਼ਲਿਸਟ ਡਾਕਟਰ ਟਾਈਮ ਟੂ ਟਾਈਮ ਆਉਂਦੇ ਸੀ ਅਤੇ ਲੋਕਾਂ ਨੂੰ ਸਹੂਲਤ ਮਿਲਦੀ ਸੀ। ਪਿਛਲੇ ਦਿਨੀ ਵੀ ਜਿਹੜਾ ਇਹ ਪਾਈਪਲਾਈਨ ਦੇ ਵਿੱਚ ਹੈ, ਅਜੇ ਗੱਲ ਜਿਹੜੀ ਹੈ ਮਤਲਬ ਉੱਥੋਂ ਬਾਬਾ ਫਰੀਦ ਯੂਨੀਵਰਸਿਟੀ ਨੇ ਟੇਕਅਪ ਨਹੀਂ ਕੀਤਾ, ਬਟ ਪਰੰਤੂ ਪਾਈਪਲਾਈਨ ਦੇ ਵਿੱਚ ਇਹ ਹੈ। ਕੁਝ ਦਿਨ ਪਹਿਲਾਂ ਇਸ ਬਾਰੇ ਕੋਰਸਪੋਂਡੈਂਸ ਚੱਲ ਰਹੀ ਸੀ ਕਿ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੁਆਰਾ ਇਸ ਨੂੰ ਟੇਕਅਪ ਕਰ ਰਹੀ ਹੈ, ਪਰੰਤੂ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਵੱਲੋਂ ਕੋਈ ਕੋਰਸਪੋਂਡੈਂਸ ਨਹੀਂ ਹੈ ਅਤੇ ਨਾ ਹੀ ਉਹਨਾਂ ਨੇ ਐਕਚੁਅਲ 'ਚ ਇਸ ਨੂੰ ਟੇਕਅਪ ਕੀਤਾ ਹੈ। ਅਤੇ ਅੱਜ ਮੀਡੀਆ ਵੱਲੋਂ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਅੱਜ ਹੀ ਅਸੀਂ ਜਿਹੜਾ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਦੁਆਰਾ ਤੋਂ ਲੈ ਕੇ ਆਉਂਦੇ ਹਾਂ ਕਿ ਬਾਬਾ ਫਰੀਦ ਯੂਨੀਵਰਸਿਟੀ ਨੂੰ ਦੁਆਰਾ ਤੋਂ ਟੇਕਅਪ ਕਰਨ ਲਈ ਹੈਲਥ ਡਿਪਾਰਟਮੈਂਟ ਨਾਲ ਇਸ ਨੂੰ ਅਰਜੈਂਟਲੀ ਟੇਕਅਪ ਕੀਤਾ ਜਾਵੇ ਤਾਂ ਜੋ ਇਸ ਏਰੀਏ ਦੇ ਲੋਕਾਂ ਨੂੰ ਸਪੈਸ਼ਲਿਸਟ ਡਾਕਟਰ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਅਤੇ ਇਸ ਤੋਂ ਇਲਾਵਾ ਮੈਂ ਇਹ ਦੱਸਣਾ ਚਾਹਾਂਗਾ ਕਿ ਇੱਥੇ ਸਾਡੇ ਕੋਲ ਸਿਵਲ ਹੋਸਪਿਟਲ ਦੀ ਬੜੀ ਹੀ ਵਧੀਆ ਅੱਛੀ ਬਿਲਡਿੰਗ ਅਵੇਲੇਬਲ ਹੈ ਜਿਸ ਵਿੱਚ ਸਾਰੇ ਤਰ੍ਹਾਂ ਦੇ ਸਿਸਟਮ ਜੋ ਹੈ ਬੈੱਡਸ ਵਗੈਰਾ ਦਾ ਹੋਰ ਸਾਰਾ ਅਵੇਲੇਬਲ ਹੈ, ਪਰੰਤੂ ਸਪੈਸ਼ਲਿਸਟ ਡਾਕਟਰਸ ਦੀ ਕਮੀ ਹੋਣ ਕਾਰਨ ਜੋ ਹੈ ਉਸਨੂੰ ਸਹੀ ਢੰਗ ਨਾਲ ਵਰਤਿਆ ਨਹੀਂ ਜਾ ਪਾ ਰਿਹਾ, ਜਿੰਨੀ ਉਸਦੀ ਯੂਟੀਲਾਈਜੇਸ਼ਨ ਹੋਣੀ ਚਾਹੀਦੀ ਹੈ ਉਨੀ ਯੂਟੀਲਾਈਜੇਸ਼ਨ ਹੋ ਨਹੀਂ ਪਾ ਰਹੀ ਹੈ।